ਗਾਇਸ ਵੈਲਕਮ ਟੂ ਦ ਚੈਨਲ। ਸੋ ਅੱਜ ਆਪਾਂ ਗੱਲ ਕਰਦੇ ਹਾਂ ਜੀ ਬਾਈਸੈਪਸ ਦੇ ਰਿਗਾਰਡਿੰਗ, ਬਾਈਸੈਪਸ ਦਾ ਸਾਈਜ਼ ਕਿਵੇਂ ਵਧਾਈਏ। ਜੇ ਤੁਸੀਂ ਆਉਂਦੇ 8 ਤੋਂ 10 ਵੀਕ ਦੇ ਵਿੱਚ ਆਪਦੇ ਬਾਈਸੈਪਸ ਦਾ ਸਾਈਜ਼ ਵਧਾਉਣਾ ਚਾਹੁੰਦੇ ਹੋ ਜਾਂ ਸ਼ੇਪ ਚੇਂਜ ਕਰਨਾ ਚਾਹੁੰਦੇ ਹੋ, ਥੋੜ੍ਹਾ ਜ਼ਿਆਦਾ ਸ਼ੇਪ 'ਚ ਲਿਆਉਣਾ ਵਾ, ਸੋ ਇਹ ਵੀਡੀਓ ਤੁਹਾਡੇ ਕੰਮ ਆਊਗੀ। ਬਹੁਤ ਦਿਨਾਂ ਤੋਂ ਈਮੇਲਸ ਆ ਰਹੀਆਂ ਸੀ ਰਿਗਾਰਡਿੰਗ ਵੀ ਬਾਈਸੈਪਸ ਦਾ ਸਾਈਜ਼ ਬਾਈ ਕਿਵੇਂ ਵਧਾਈਏ। ਸੋ ਅੱਜ ਦੀ ਵੀਡੀਓ ਉਹਦੇ 'ਤੇ, ਜੋ ਵੀ ਤੁਹਾਡਾ ਆਪਦਾ ਪ੍ਰੋਗਰਾਮ ਹੈ ਜੋ ਤੁਸੀਂ ਫੋਲੋ ਕਰਨਾ, ਤੁਸੀਂ ਉਹ ਫੋਲੋ ਕਰਨਾ। ਬਟ ਵੀਕ ਦੇ ਵਿੱਚ ਜਦੋਂ ਤੁਹਾਡੀ ਆਮ ਦੀ ਐਕਸਰਸਾਈਜ਼ ਆ, ਉਦੋਂ 3 ਜਾਂ 4 ਦਿਨਾਂ ਬਾਅਦ 'ਚੋਂ ਇਹ ਬਾਈਸੈਪਸ ਦੀ ਐਕਸਰਸਾਈਜ਼ ਜ਼ਰੂਰ ਕਰਨੀ ਹੈ। ਕੋਈ ਵੀ ਮਸਲ ਤੁਸੀਂ ਲਾ ਰਹੇ ਹੋ, ਸ਼ੋਲਡਰ ਲਾ ਰਹੇ ਹੋ ਉਹਦੇ ਨਾਲ ਐਡ ਕਰ ਸਕਦੇ ਹੋ, ਜਾਂ ਲੈਗਸ ਲਾ ਰਹੇ ਹੋ ਉਹਦੇ ਨਾਲ ਐਡ ਕਰ ਸਕਦੇ। ਮੀਨਸ ਆਪਾਂ ਬਾਈਸੈਪਸ 2 ਵਾਰ ਵੀਕ ਦੇ ਵਿੱਚ ਟ੍ਰੇਨ ਕਰਾਂਗੇ। ਦੂਜੀ ਚੀਜ਼ ਜੋ ਬਹੁਤ ਇੰਪੋਰਟੈਂਟ ਹੈਗੀ ਆ, ਤੁਹਾਡੀ ਡਾਇਟ, ਤੁਹਾਡਾ ਨਿਊਟ੍ਰੀਸ਼ਨ ਬਹੁਤ ਸਹੀ ਹੋਣਾ ਚਾਹੀਦਾ। ਬਟ ਜਦੋਂ ਤੁਸੀਂ ਆਹ ਬਾਈਸੈਪਸ ਦੀ ਟ੍ਰੇਨਿੰਗ ਲਾਉਣੀ ਹੈ, ਜਿਹੜੇ ਦਿਨ ਵੀ ਲਾਉਣੀ ਹੈ, ਉਦਨ ਤੁਸੀਂ 1 ਮੀਲ ਜ਼ਿਆਦਾ ਐਡ ਕਰ ਦੇਣੀ ਹੈ ਆਪਦੇ ਡਾਇਟ ਪਲਾਨ ਦੇ ਵਿੱਚ। ਹੁਣ ਚਾਹੇ ਤੁਸੀਂ ਬਨਾਨਾ ਸ਼ੇਕ ਪੀ ਸਕਦੇ ਹੋ, ਜਾਂ ਤੁਸੀਂ, ਮੈਂ ਇੱਕ ਵੀਡੀਓ ਬਣਾਈ ਸੀ ਓਟਸ 'ਤੇ, ਤੁਸੀਂ ਉਹ ਮੀਲ ਵੀ ਐਡ ਕਰ ਸਕਦੇ ਹੋ। ਸੋ ਇਸ ਦੇ ਵਿੱਚ ਆਪਾਂ 3 ਐਕਸਰਸਾਈਜ਼ ਬਾਈਸੈਪਸ ਦੇ ਕਰਾਂਗੇ ਬੈਕ ਟੂ ਬੈਕ। ਸੋ ਇੱਕ ਜੁਆਇੰਟ ਸੈੱਟ ਹੋਊਗਾ ਜਿਹਦੇ ਵਿੱਚ 3 ਐਕਸਰਸਾਈਜ਼ ਹੋਣਗੀਆਂ, ਬਟ ਡਿਫਰੈਂਟ ਰੈਪ ਰੇਂਜਸ ਹੋਣਗੀਆਂ। ਪਹਿਲਾ ਸੈੱਟ ਆ ਜਿਹੜਾ, ਉਹਦੇ ਆਪਾਂ 10 ਰੈਪ ਲਾਵਾਂਗੇ, ਦੂਜੇ ਦੇ 15, ਤੀਜੇ ਦੇ 20। ਡਿਫਰੈਂਟ ਰੈਪ ਰੇਂਜ ਆ, ਆਪਣੇ ਮਸਲ ਨੂੰ ਇੱਕ ਸ਼ੌਕ ਮਿਲੂ, ਇੱਕ ਨਵੀਂ ਚੀਜ਼ ਮਿਲੂ ਜਿਸ ਦੇ ਨਾਲ ਮਸਲ ਤੁਹਾਡਾ ਗਰੋ ਹੋ ਗਿਆ ਹੋਊਗਾ। ਇਹਨੂੰ 8 ਵੀਕਸ ਵਾਸਤੇ ਤੁਸੀਂ ਫੋਲੋ ਕਰੋ ਰੈਗੂਲਰਲੀ। 2 ਵਾਰ ਵੀਕ ਦੇ ਵਿੱਚ ਤੁਸੀਂ ਬਾਈਸੈਪ ਟ੍ਰੇਨ ਕਰਨਾ ਵਾ, 1 ਵਾਰ ਜੋ ਤੁਸੀਂ ਆਪ ਲਾ ਰਹੇ ਹੋ, ਜਿਵੇਂ ਵੀ ਲਾ ਰਹੇ ਹੋ ਉਹ, ਅਤੇ 1 ਵਾਰ ਹਾਂ। ਇੰਨਾ ਧਿਆਨ ਰੱਖਣਾ ਵੀ ਜਦੋਂ ਤੁਸੀਂ ਆਪਦੀ ਬਾਈਸੈਪਸ ਦੀ ਟ੍ਰੇਨਿੰਗ ਕੀਤੀ ਹੈ, ਉਦੋਂ 3 ਤੋਂ 4 ਦਿਨਾਂ ਬਾਅਦ 'ਚੋਂ ਇਹ ਟ੍ਰੇਨਿੰਗ ਤੁਸੀਂ ਐਡ ਕਰਨੇ, ਤੁਹਾਡਾ ਬਾਈਸੈਪਸ ਪੇਨ ਨਾ ਕਰਦਾ ਹੋਵੇ, ਮਤਲਬ ਕਿ ਤੁਸੀਂ ਫੁੱਲੀ ਰਿਕਵਰਡ ਹੋਵੋ। ਸੋ ਆਜੋ ਚੈੱਕਆਊਟ ਕਰਦੇ ਹਾਂ ਐਕਸਰਸਾਈਜ਼ ਆਪਾਂ ਕੀ ਲਾਉਣੀ ਆ। ਸੋ ਇਹ ਆਪਣਾ ਪਹਿਲਾ ਜੁਆਇੰਟ ਸੈੱਟ ਆ, ਜਿਸ ਦੇ ਵਿੱਚ ਪਹਿਲੀ ਐਕਸਰਸਾਈਜ਼ ਹੈਗੀ ਆ ਡੰਬਲ ਹੈਮਰ ਕਰਲਸ। ਮੈਂ ਇਕੱਠੀਆਂ ਲਾ ਰਿਹਾ, ਤੁਸੀਂ ਸਿੰਗਲ ਹੈਂਡ ਵੀ ਲਾ ਸਕਦੇ ਹੋ। ਆਪਾਂ ਇਹਦੇ 10 ਰੈਪ ਲਾਵਾਂਗੇ, ਹੈਵੀ ਲਾਉਣੀ ਆ, ਬਟ ਤੁਸੀਂ ਜਰਕ ਨਹੀਂ ਕਰਨਾ, ਤੁਹਾਡੀ ਫਾਰਮ ਬਿਲਕੁਲ ਸਹੀ ਹੋਣੀ ਚਾਹੀਦੀ ਆ। ਬਹੁਤ ਹੀ ਵਧੀਆ ਐਕਸਰਸਾਈਜ਼ ਆ, ਮਾਸ ਬਿਲਡਰ ਐਕਸਰਸਾਈਜ਼ ਆ, ਆਊਟਰ ਹੈਡ ਵਾਸਤੇ ਤੁਹਾਡੀ ਫੋਰਆਰਮ ਵੀ ਵਿੱਚ ਇਨਵੋਲਵ ਹੁੰਦੀ ਹੈ। ਸੋ ਹੈਮਰ ਕਰਲਸ ਤੋਂ ਬਾਅਦ ਆਪਣੇ ਜੁਆਇੰਟ ਸੈੱਟ ਦੀ ਦੂਜੀ ਐਕਸਰਸਾਈਜ਼ ਹੈਗੀ ਹੈ ਕਲੋਜ਼ ਗ੍ਰਿਪ ਕਰਲਸ। ਬਹੁਤ ਹੀ ਵਧੀਆ ਐਕਸਰਸਾਈਜ਼ ਤੁਹਾਡੇ ਆਊਟਰ ਹੈਡ ਵਾਸਤੇ, ਤੁਹਾਡੇ ਬਾਈਸੈਪਸ ਦੀ ਪੀਕ ਵਾਸਤੇ, ਜੋ ਤੁਸੀਂ ਬਾਈਸੈਪਸ ਦਾ ਪੋਜ਼ ਦਿੰਦੇ ਹੋ। ਇੰਨਾ ਧਿਆਨ ਰੱਖਣਾ, ਤੁਹਾਡੀ ਗ੍ਰਿਪ ਕਲੋਜ਼ ਹੋਣੀ ਚਾਹੀਦੀ, ਤੁਹਾਡੇ ਐਲਬੋਜ਼ ਅੱਗੇ ਜ਼ਿਆਦਾ ਨਹੀਂ ਆਉਣੀਆਂ ਚਾਹੀਦੀਆਂ, ਤੁਹਾਡੀ ਫੋਰਮ ਬਿਲਕੁਲ ਸਹੀ ਹੋਣੀ ਚਾਹੀਦੀ ਆ। ਉੱਪਰ ਸਕਵੀਜ਼ ਕਰਨਾ, ਥੱਲੇ ਬਾਈਸੈਪਸ ਪੂਰਾ ਸਟ੍ਰੈਚ ਕਰਨਾ। ਮੈਂ ਈਜ਼ੀ ਬਾਰ 'ਤੇ ਲਾ ਰਿਹਾ, ਤੁਸੀਂ ਸਟ੍ਰੇਟ ਬਾਰ 'ਤੇ ਵੀ ਲਾ ਸਕਦੇ ਹੋ। ਆਪਾਂ ਇਹਦੇ 15 ਤੋਂ 18 ਰੈਪੀਟੇਸ਼ਨਸ ਲਾਵਾਂਗੇ, ਬਿਨਾਂ ਰੈਸਟ ਤੋਂ, ਹੈਮਰ ਤੋਂ ਬਾਅਦ ਸਿੱਧੀ ਕਲੋਜ਼ ਗ੍ਰਿਪ ਕਰਲਸ। ਸੋ ਜੁਆਇੰਟ ਸੈੱਟ ਦੀ ਤੀਜੀ ਐਕਸਰਸਾਈਜ਼ ਹੈਗੀ ਹੈ ਵਾਈਡ ਗ੍ਰਿਪ ਕੇਬਲ ਕਰਲਸ। ਮੈਂ ਕੇਬਲ 'ਤੇ ਲਾ ਰਿਹਾ, ਤੁਸੀਂ ਫ੍ਰੀ ਵੇਟ ਵੀ ਲਾ ਸਕਦੇ ਹੋ, ਕੇਬਲ ਥੋੜ੍ਹੀ ਡਿਫਰੈਂਟ ਤਰ੍ਹਾਂ ਟੈਂਸ਼ਨ ਦਿੰਦੀ ਹੈ। ਬਹੁਤ ਹੀ ਵਧੀਆ ਐਕਸਰਸਾਈਜ਼ ਹੈ ਫੋਰ ਇਨਰ ਹੈਡ, ਜਿਹੜਾ ਥੋੜ੍ਹਾ ਸ਼ਾਰਟ ਹੈਡ ਆ, ਤੁਹਾਡੇ ਅੰਦਰਲੇ ਸਾਈਡ ਤੋਂ ਬਾਈਸੈਪਸ ਦੀ ਜਿਹੜੀ ਸ਼ੇਪ ਆਉਣੀ ਆ, ਉਹਦੇ ਵਾਸਤੇ ਬਹੁਤ ਵਧੀਆ ਐਕਸਰਸਾਈਜ਼ ਹੈ ਇਹ। ਤੁਹਾਡੇ ਗ੍ਰਿਪ ਥੋੜ੍ਹੇ ਜਿਹੇ ਸ਼ੋਲਡਰ ਨਾਲੋਂ ਵਾਈਡ ਹੋਣੇ ਚਾਹੀਦੇ, ਬਟ ਤੁਹਾਡੀ ਕੂਹਣੀਆਂ ਤੁਹਾਡੀ ਬਾਡੀ ਨਾਲ ਹੋਣ। ਇਹਦੇ ਆਪਾਂ 20 ਤੋਂ 22 ਰੈਪੀਟੇਸ਼ਨ ਲਾਵਾਂਗੇ ਪਹਿਲੇ ਜੁਆਇੰਟ ਸੈੱਟ ਦੇ ਵਿੱਚ। ਸੋ ਇਹ ਸੀਗਾ ਆਪਣੀ 1 ਸੈੱਟ ਸੀਗਾ ਟੋਟਲ, 3 ਡਿਫਰੈਂਟ ਐਕਸਰਸਾਈਜ਼, ਇਹਨੂੰ ਆਪਾਂ ਜੁਆਇੰਟ ਸੈੱਟ ਕਹਿ ਦਿੰਦੇ ਹਾਂ, ਡਿਫਰੈਂਟ ਰੈਪ ਰੇਂਜਸ। ਸੋ 60 ਤੋਂ 90 ਸੈਕਿੰਡ ਦੀ ਰੈਸਟ ਤੋਂ ਬਾਅਦ ਆਪਣਾ ਦੂਜਾ ਜੁਆਇੰਟ ਸੈੱਟ ਆ, ਉਹਦੀ ਪਹਿਲੀ ਐਕਸਰਸਾਈਜ਼ ਹੈਗੀ ਆ ਵਾਈਡ ਗ੍ਰਿਪ ਕੇਬਲ ਕਰਲਸ। ਹੁਣ ਆਪਾਂ ਇਹ ਹੈਵੀ ਲਾਵਾਂਗੇ, ਇਹਦੇ ਆਪਾਂ 8 ਤੋਂ 10 ਰੈਪ ਲਾਵਾਂਗੇ। ਤੁਹਾਡੀ ਫੋਰਮ ਬਿਲਕੁਲ ਸਹੀ ਹੋਣੀ ਚਾਹੀਦੀ ਆ, ਫੋਰਮ ਬਿਲਕੁਲ ਖਰਾਬ ਨਾ ਹੋਵੇ ਆਪਦਾ। ਉੱਪਰ ਜਦੋਂ ਆਉਣਾ ਸਕਵੀਜ਼ ਕਰਨਾ, ਥੱਲੇ ਜਦੋਂ ਬਾਈਸੈਪਸ ਲੈ ਕੇ ਆਉਣਾ, ਉਹਦਾ ਪੂਰਾ ਸਟ੍ਰੈਚ ਕਰਨਾ। ਹੁਣ ਵਾਈਡ ਗ੍ਰਿਪ ਤੋਂ ਬਾਅਦ ਆਪਾਂ ਲਾਵਾਂਗੇ ਡੰਬਲ ਹੈਮਰ ਕਰਲਸ, ਜਿਸ ਵਿੱਚ ਆਪਾਂ ਲਾਈਟ ਡੰਬਲ ਲਾਵਾਂਗੇ, ਥੋੜ੍ਹਾ ਜਿਹਾ ਆਪਣੇ 15 ਤੋਂ 18 ਰੈਪੀਟੇਸ਼ਨ ਨਿਕਲਣ। ਕੋਂਸਟੈਂਟ ਰੈਪ ਲਾਉਣੇ ਆ, ਇਹ ਨਹੀਂ ਵੀ ਆਪਾਂ 5 ਰੈਪ ਲਾ ਕੇ ਰੈਸਟ ਲੈ ਲਈ ਫਿਰ 5 ਲਾਏ, ਨਹੀਂ। ਆਪਦਾ ਵੇਟ ਉੰਨਾ ਕੁ ਪਿੱਕ ਕਰਨਾ ਜਿੰਨਾ ਤੁਸੀਂ 15 ਤੋਂ 18 ਰੈਪ ਲਾ ਸਕੋ। ਕੋਂਸਟੈਂਟ ਟੈਂਸ਼ਨ ਰੱਖੋਗੇ, ਤੁਹਾਡਾ ਮਸਲ ਉੰਨਾ ਹੀ ਜ਼ਰਾ ਪੰਪ ਕਰੂਗਾ, ਉੰਨਾ ਹੀ ਬਰਨ ਹੋਊਗਾ, ਜਿੰਨਾ ਬਰਨ ਹੋਊਗਾ ਉਹ ਤੁਹਾਡੇ ਵਾਸਤੇ ਵਧੀਆ। ਨੈਕਸਟ ਐਕਸਰਸਾਈਜ਼ ਜਿਹੜੀ ਲਾਸਟ ਐਕਸਰਸਾਈਜ਼ ਹੈਗੀ ਆਪਣੀ ਇਹ ਸੈੱਟ ਦੀ ਹੈਗੀ ਹੈ ਕਲੋਜ਼ ਗ੍ਰਿਪ ਕਰਲਸ। ਹੁਣ ਇਹਦੇ ਵਿੱਚ ਆਪਾਂ 20 ਤੋਂ 22 ਰੈਪ ਲਾਵਾਂਗੇ। ਵੇਟ ਤੁਹਾਡਾ ਲਾਈਟ ਹੋਣਾ ਚਾਹੀਦਾ ਵਾ, ਤੁਹਾਡੀ ਫੋਰਮ ਬਿਲਕੁਲ ਸਹੀ ਹੋਣੀ ਚਾਹੀਦੀ ਆ, ਕੋਈ ਜਰਕ ਨਹੀਂ ਤੁਸੀਂ ਕਰਨਾ ਜਦੋਂ ਤੁਸੀਂ ਵੇਟ ਪਿੱਕ ਕਰਨਾ। ਕੋਂਸਟੈਂਟ ਰੈਪ ਲਾਉਣੇ ਆ, ਤੁਹਾਡੀ ਸਪੀਡ ਰੈਪ ਲਾਉਣ ਦੀ ਨਾ ਜ਼ਿਆਦਾ ਸਲੋ ਹੋਵੇ ਨਾ ਜ਼ਿਆਦਾ ਤੇਜ਼ ਹੋਵੇ। ਬਹੁਤ ਸਾਰੇ ਲੋਕ ਜ਼ਿਆਦਾ ਤੇਜ਼ ਲਾਉਣ ਲੱਗ ਜਾਂਦਾ ਜਦੋਂ ਵੇਟ ਲਾਈਟ ਹੁੰਦਾ। ਸੋ ਮੀਡੀਅਮ ਪੇਸ ਰੱਖਣਾ, ਆਪਦੇ ਕੋਂਸਟੈਂਟ ਟੈਂਸ਼ਨ ਰੱਖਣੀ ਆ ਮਸਲ 'ਤੇ। ਸੋ ਇਹ ਹੁਣ ਆਪਣਾ 3rd ਜੁਆਇੰਟ ਸੈੱਟ ਆ, ਜਿਹੜਾ ਲਾਸਟ ਸੈੱਟ ਆ, ਉਹਦੇ ਵਿੱਚ ਆਪਣੀ ਪਹਿਲੀ ਐਕਸਰਸਾਈਜ਼ ਫੇਰ ਆ ਗਈ ਕਲੋਜ਼ ਗ੍ਰਿਪ ਕਰਲਸ। ਹੁਣ ਇਹਦੇ ਵਿੱਚ ਆਪਾਂ ਹੈਵੀ ਲਾਵਾਂਗੇ। ਹੈਵੀ ਮੀਨਸ ਜ਼ਿਆਦਾ ਹੈਵੀ ਵੀ ਨਾ ਹੋਵੇ, ਵੀ ਜਿਹੜਾ ਤੁਸੀਂ ਤੁਹਾਡੀ ਬਾਡੀ ਕੰਟਰੋਲ ਹੀ ਨਹੀਂ ਕਰ ਸਕ ਰਹੀ ਵੇਟ ਨੂੰ। 8 ਤੋਂ 10 ਰੈਪ ਲਾਉਣੇ ਆ ਪੂਰੇ ਕੰਟਰੋਲ ਫੋਰਮ ਦੇ ਵਿੱਚ।
ਨੈਕਸਟ ਐਕਸਰਸਾਈਜ਼ ਆਪਾਂ ਲਾਵਾਂਗੇ ਵਾਈਡ ਗ੍ਰਿਪ ਕੇਬਲ ਕਰਲਸ। ਹੁਣ ਇਹ ਮੀਡੀਅਮ ਵੇਟ ਹੋਊਗਾ ਜਿਹਦੇ ਵਿੱਚ ਆਪਾਂ 15-18 ਰੈਪੀਟੇਸ਼ਨਸ ਲਾ ਸਕੀਏ। ਰੈਪੀਟੇਸ਼ਨਸ ਆਪਾਂ ਹਰ ਇੱਕ ਸੈੱਟ ਦੇ ਵਿੱਚ ਚੇਂਜ ਕਰ ਰਹੇ ਹਾਂ, ਆਪਾਂ ਐਕਸਰਸਾਈਜ਼ ਸਪਲਿਟ ਵੀ ਚੇਂਜ ਕਰ ਰਹੇ ਹਾਂ ਤਾਂ ਕਿ ਆਪਣੇ ਮਸਲ ਨੂੰ ਇੱਕ ਨਵੀਂ ਚੀਜ਼ ਮਿਲਦੀ ਹੈ। ਜਦੋਂ ਵੀ ਤੁਸੀਂ ਕਿਸੇ ਮਸਲ ਨੂੰ ਗਰੋਥ ਕਰਨਾ ਵਾ ਉਹਨੂੰ ਡਿਫਰੈਂਟ ਐਂਗਲ ਤੋਂ ਹਿੱਟ ਕਰਨਾ ਪੈਂਦਾ, ਤਾਂ ਹੀ ਉਹ ਮਸਲ ਤੁਹਾਡਾ ਰਿਸਪੋਂਸ ਕਰਦਾ, ਤਾਂ ਹੀ ਉਹ ਗਰੋ ਕਰੂਗਾ। ਹੁਣ ਲਾਸਟ ਐਕਸਰਸਾਈਜ਼ ਆਪਣੇ ਜੁਆਇੰਟ ਸੈੱਟ ਦੀ ਹੈਗੀ ਹੈ ਡੰਬਲ ਹੈਮਰ ਕਰਲ, ਜੋ ਆਪਾਂ ਲਾਈਟ ਲਾਵਾਂਗੇ 20-22 ਰੈਪੀਟੇਸ਼ਨਸ। ਕੋਂਸਟੈਂਟ ਰੈਪ ਲਾਈ ਜਾਣੇ ਆ। ਜਦ ਤੱਕ ਤੁਸੀਂ ਥਰਡ ਸੈੱਟ 'ਤੇ ਪਹੁੰਚੋਗੇ ਤੁਹਾਡਾ ਬਾਈਸੈਪਸ ਬਹੁਤ ਜ਼ਿਆਦਾ ਪੇਨ ਕਰੂਗਾ, ਬਹੁਤ ਜ਼ਿਆਦਾ ਬਰਨ ਦੇ ਵਿੱਚ ਹੋ। ਸੋ ਆਪਦੇ ਹਿਸਾਬ ਨਾਲ ਵੇਟ ਚੱਕਣਾ ਜਿੰਨਾ ਤੁਸੀਂ ਲਾ ਸਕੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿੰਨਾ ਵੇਟ ਤੁਹਾਡੀ ਬੋਡੀ ਹੈਂਡਲ ਕਰ ਸਕਦੀ ਹੈ ਤਾਂ ਕਿ ਤੁਸੀਂ 20-22 ਰੈਪ ਲਾ ਸਕੋ। ਸੋ ਇਹ ਸਾਰੀ ਟ੍ਰੇਨਿੰਗ ਲਾਉਣ ਤੋਂ ਪਹਿਲਾਂ ਤੁਸੀਂ ਆਪਦੀ ਬੋਡੀ ਨੂੰ ਚੰਗੀ ਤਰ੍ਹਾਂ ਵਾਰਮ ਅਪ ਕਰ ਲੈਣਾ, ਆਪਦੇ ਆਰਮਸ ਨੂੰ ਆਪਦੇ ਐਲਬੋਜ਼ ਨੂੰ ਚੰਗੀ ਤਰ੍ਹਾਂ ਵਾਰਮ ਅਪ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਤੁਹਾਨੂੰ ਕੋਈ ਇੰਜਰੀ ਨਾ ਹੋਵੇ, ਅਤੇ ਇੱਕ ਐਕਸਟਰਾ ਮੀਲ ਜ਼ਰੂਰ ਐਡ ਕਰਨੀ ਆ ਵਾਲੇ ਦਿਨ। ਸੋ ਗਾਇਜ਼ ਇਹ ਸੀਗੀ ਅੱਜ ਦੀ ਵੀਡੀਓ, ਆਈ ਹੋਪ ਤੁਹਾਨੂੰ ਵਧੀਆ ਲੱਗੀ ਹੋਊ। ਜ਼ਰੂਰ ਸ਼ੋਟ ਦਿਓ ਯਾਰ ਟ੍ਰੇਨਿੰਗ ਨੂੰ, ਬਹੁਤ ਵਧੀਆ ਪੰਪ ਮਿਲੂਗਾ, ਵਧੀਆ ਟ੍ਰੇਨਿੰਗ ਲੱਗੂਗੀ, ਐਂਡ ਰਿਜ਼ਲਟਸ ਵੀ ਵਧੀਆ ਆਉਣਗੇ ਜੇ ਤੁਸੀਂ 8-10 ਵੀਕ ਇਹਨੂੰ ਫੋਲੋ ਕਰਦੇ ਹੋ ਪ੍ਰੋਪਰ। ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਮੈਂ ਜਦੋਂ ਵੀ ਕੋਈ ਨਵੀਂ ਵੀਡੀਓ ਪਾਵਾਂ ਤੁਹਾਨੂੰ ਅਪਡੇਟ ਮਿਲਦਾ ਰਹੇ। ਆਉਂਦੇ ਸਮੇਂ ਵਿੱਚ ਹੋਰ ਵੀ ਮੈਂ ਟ੍ਰੇਨਿੰਗ ਦੀਆਂ ਡਾਇਟ ਦੀਆਂ ਵੀਡੀਓਜ਼ ਪਾਊਂਗਾ। ਸੋ ਮਿਲਦੇ ਜਲਦੀ ਅਗਲੀ ਵੀਡੀਓ ਨਾਲ, ਟ੍ਰੇਨ ਸਮਾਰਟਰ ਐਂਡ ਹਾਰਡਰ।